ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਫੇਸਬੁੱਕ ਦੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ। ਅੱਜ ਦਾ ਇਹ ਲਾਈਵ ਸੈਸ਼ਨ ਆ ਜੀ, ਕੱਲ੍ਹ ਦੇ ਸੁਨੇਹੇ ਲਈ। ਕੱਲ੍ਹ ਨੂੰ ਮੈਂ 6 ਫੈਬ ਮੈਂ ਬੈਠ ਰਿਹਾ ਜੀ ਆਪਦੇ ਮੋਹਾਲੀ ਆਫਿਸ। ਮੋਹਾਲੀ ਆਫਿਸ ਦਾ ਐਡਰੈਸ ਆ ਜੀ 3B2, ਜਿਹੜੀ ਦੀ ਮੇਨ ਮਾਰਕੀਟ ਆ 3B2 ਦੀ, ਉਹਦੇ ਵਿੱਚ ਆਪਣਾ ਆਫਿਸ ਆ ਜੀ, ਕਟਾਣੀ ਸਵੀਟਸ ਦੇ ਬਿਲਕੁਲ ਨਾਲ, ਯੈਸ ਬੈਂਕ ਦੇ ਉੱਪਰ, 3B2 ਦੀ ਮੇਨ ਮਾਰਕੀਟ ਜੀ। ਤੁਸੀਂ ਉੱਥੇ ਆ ਕੇ ਕੱਲ੍ਹ ਮੈਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 3 ਵਜੇ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ। ਆਪਦੇ ਅਕੈਡਮਿਕ ਡਾਕੂਮੈਂਟਸ ਅਸੈਸਮੈਂਟ ਲਈ ਨਾਲ ਜ਼ਰੂਰ ਲੈ ਕੇ ਆਓ। ਜਿਹਨਾਂ ਨੇ ਆਪਦਾ ਸਟੂਡੈਂਟ ਵੀਜ਼ਾ ਅਸੈਸ ਕਰਾਉਣਾ ਆ, ਆਪਦਾ ਓਪਨ ਵਰਕ ਪਰਮਿਟ ਲਵਾਉਣਾ ਆ, ਆਪਦਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਹੈ, ਤਾਂ ਤੁਸੀਂ ਮੈਨੂੰ ਕੱਲ੍ਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ, ਤਕਰੀਬਨ 3 ਤੋਂ 4 ਵਜੇ ਤੱਕ ਮੈਂ ਉੱਥੇ ਹੀ ਬੈਠੂੰਗਾ, ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। ਦੂਸਰਾ ਸੁਨੇਹਾ ਚੇਂਜਿਸ ਨੂੰ ਲੈ ਕੇ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੈ ਕੋਈ। 1 ਫੈਬ ਲੋਕਾਂ ਨੇ ਇੱਕ ਪਰਟੀਕੁਲਰ ਬਣਾ ਕੇ ਰੱਖਿਆ ਹੋਇਆ ਸੀ, ਆਪਾਂ ਸਭ ਨੇ ਵੀ 1 ਫੈਬ ਨੂੰ ਚੇਂਜਿਸ ਆ ਰਹੀਆਂ ਨੇ, ਚੇਂਜਿਸ ਹੋਈਆਂ ਨਹੀਂ। ਇਹਦਾ ਮਤਲਬ ਇਹ ਨਹੀਂ ਹੋਣਗੀਆਂ ਨਹੀਂ, 101% ਚੇਂਜਿਸ ਹੋਣਗੀਆਂ ਜੀ। ਇਹ ਚੀਜ਼ ਕਦੋਂ ਅਨਾਊਂਸ ਹੁੰਦੀ ਆ, ਇਹ ਗਵਰਨਮੈਂਟ ਦਾ ਸਿਸਟਮ ਆ, ਕਦੋਂ ਉਹ ਕਰਨਗੇ, ਪਰ ਜਿਹੜੀਆਂ ਚੇਂਜਿਸ ਆ ਉਹ ਹੋਣਗੀਆਂ ਹੋਣਗੀਆਂ। ਜਿੰਨਾ ਟਾਈਮ ਅਫੀਸ਼ੀਅਲੀ ਉਹਦੀ ਅਨਾਊਂਸਮੈਂਟ ਨਹੀਂ ਹੁੰਦੀ, ਤੁਸੀਂ SPP ਦੇ ਅੰਡਰ ਆਪਦੀਆਂ ਫਾਈਲ ਪ੍ਰੋਸੈਸ ਕਰ ਸਕਦੇ ਹੋ, ਲੌਜ ਕਰ ਸਕਦੇ ਹੋ। ਬਟ ਚੇਂਜਿਸ ਡਿਲੇ ਹੋਈਆਂ ਨੇ, ਡਿਲੇ ਹੋ ਸਕਦੀਆਂ ਨੇ, ਪਰ ਇਹ ਨਹੀਂ ਕਿ ਨਹੀਂ ਹੋਣਗੀਆਂ, 101% ਹੋਣਗੀਆਂ ਜੀ। ਜਿਹੜੇ ਸਟੂਡੈਂਟ ਨਵੇਂ ਜਿਨ੍ਹਾਂ ਨੇ IELTS ਕਰਨਾ ਆ, ਜਾਂ ਜਿਹੜੇ ਪੜ੍ਹ ਰਹੇ ਨੇ ਫਿਲਹਾਲ, ਅਤੇ ਉਸ ਤੋਂ ਬਾਅਦ ਆਪਦੇ ਕੇਸ ਅਪਲਾਈ ਕਰਨੇ ਨੇ, ਉਹ ਆਪਦੇ ਮਨ ਦੇ ਵਿੱਚ ਇਹ ਬਣਾ ਕੇ ਰੱਖਣ ਪਹਿਲਾਂ ਤੋਂ ਹੀ ਕਿ 6 ਈਚ ਦੇ ਨਾਲ ਉਹਨਾਂ ਦਾ ਕੈਨੇਡਾ ਦਾ ਕੇਸ ਅਪਲਾਈ ਹੋਊਗਾ। 6.5 ਆਫਟਰ ਗ੍ਰੈਜੂਏਸ਼ਨ, 6 ਈਚ ਨੋਟ ਲੈਸ ਦੈਨ 6 ਇਨ ਐਨੀ ਦੇ ਨਾਲ ਕੇਸ ਅਪਲਾਈ ਹੋਊਗਾ। ਹਾਲੇ ਫੋਰ ਦਾ ਟਾਈਮ ਬੀਂਗ ਜਿਨ੍ਹਾਂ ਦੀਆਂ ਫਾਈਲਸ ਰੈਡੀ ਪਈਆਂ ਨੇ, ਜਿਨ੍ਹਾਂ ਦੀਆਂ ਫਾਈਲਸ ਰੈਡੀ ਹੋ ਚੁੱਕੀਆਂ ਨੇ, ਜਿਨ੍ਹਾਂ ਦੀਆਂ ਆਫਰ ਲੈਟਰਸ ਡਨ ਨੇ, ਸਾਰਾ ਪ੍ਰੋਸੈਸ ਹੋ ਚੁੱਕਿਆ ਫਾਈਲ ਦਾ, ਉਹ ਆਪਦੀ ਫਾਈਲ ਨੂੰ ਲੌਜ ਕਰ ਸਕਦੇ ਨੇ ਅੰਡਰ SPP। ਜਿੰਨਾ ਟਾਈਮ ਅਫੀਸ਼ੀਅਲੀ ਉਹਦੇ ਅਨਾਊਂਸਮੈਂਟ SDS ਦੀ ਅਨਾਊਂਸਮੈਂਟ ਨਹੀਂ ਹੁੰਦੀ, ਮੈਂ ਫੇਰ ਕਹਿ ਦਿੰਦਾ ਕਿ ਚੇਂਜਿਸ ਡਿਲੇ ਹੋਈਆਂ ਹੋਣਗੀਆਂ। ਡਿਲੇ ਵੀ ਨਹੀਂ, ਕਿਉਂਕਿ 1 ਫੈਬ ਵੀ ਜੋ ਸੋਚ ਸੀਗੀ ਉਹ ਵੀ ਸਾਡੇ ਆਪਸ ਦੇ ਵਿੱਚ ਅਸੀਂ ਬਣਾ ਕੇ ਰੱਖੀ ਹੋਈ ਸੀ ਵੀ 1 ਫੈਬ ਨੂੰ ਚੇਂਜਿਸ ਹੋਣਗੀਆਂ ਅਫੀਸ਼ੀਅਲੀ। ਜਿਵੇਂ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਿਆ ਕਿ ਅਫੀਸ਼ੀਅਲੀ ਉਸ ਚੀਜ਼ ਦੀ ਕੋਈ ਅਨਾਊਂਸਮੈਂਟ ਨਹੀਂ ਸੀ। ਹਾਂ, ਇਹ ਜ਼ਰੂਰ ਹੈਗੀ ਅਨਾਊਂਸਮੈਂਟ ਕਿ ਚੇਂਜਿਸ ਆ ਰਹੀਆਂ ਨੇ, ਕਿਉਂਕਿ ਕਾਲਜਿਸ ਨੇ, ਜਿਹੜੇ ਬਹੁਤੇ ਕਾਲਜਿਸ ਨੇ, ਉਹਨਾਂ ਨੇ ਆਪਦੇ ਹਿਸਾਬ ਦੇ ਨਾਲ ਉਹਨਾਂ ਚੇਂਜਿਸ ਦੇ ਨਾਲ ਰਿਲੇਟਡ ਆਪਦੇ ਸਿਸਟਮ ਨੂੰ ਬਦਲ ਲਿਆ ਆ। ਈਮੇਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ, ਇਕੱਲੀਆਂ ਮੈਨੂੰ ਨਹੀਂ, ਸਾਰੇ ਏਜੰਟਸ ਨੂੰ ਹੀ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਉਹਦੀਆਂ, ਕਿ SDS ਦੇ ਅਕੋਰਡਿੰਗ ਉਹਨਾਂ ਨੇ ਆਪਦੇ ਰੂਲਸ ਨੋਰਮਸ ਕਰ ਲਏ ਨੇ, ਜੋ ਨੈਕਸਟ ਆਫਰ ਲੈਟਰਸ, ਨੈਕਸਟ ਸੈਸ਼ਨਸ ਦੀਆਂ ਆਫਰ ਲੈਟਰ ਜਨਰੇਟ ਹੋਣਗੀਆਂ, ਉਹ ਉਹਨਾਂ ਦੇ ਹਿਸਾਬ ਨਾਲ ਹੀ ਕੀਤੀਆਂ ਜਾਣਗੀਆਂ, ਨਵੇਂ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਕੀਤੀਆਂ ਜਾਣਗੀਆਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਹੁਣ +2 ਕਰ ਰਹੇ ਨੇ ਜਾਂ ਹੁਣ ਪੜ੍ਹ ਰਹੇ ਨੇ, ਅਤੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ IELTS ਕਰਨੇ ਆ, ਪਲੀਜ਼ ਹੁਣ ਆਪਦਾ ਮੇਨ ਫੋਕਸ ਆਪਦੀ ਅਕੈਡਮਿਕ ਐਜੂਕੇਸ਼ਨ ਵੱਲ ਦਿਓ, ਚੰਗੇ ਨੰਬਰ ਲੈ ਕੇ ਪਾਸ ਹੋਵੋ, 65% ਤੋਂ ਉੱਪਰ, 70% ਤੋਂ ਉੱਪਰ, ਜਿੰਨੇ ਵੱਧ ਤੋਂ ਵੱਧ ਨੰਬਰ ਲੈ ਸਕਦੇ ਹਾਂ, ਅਤੇ ਉਸ ਤੋਂ ਬਾਅਦ ਆਪਦੇ ਮਨ ਨੂੰ ਇਸ ਤਰੀਕੇ ਨਾਲ ਰੈਡੀ ਕਰਕੇ ਚੱਲਣਾ ਹੈ ਕਿ IELTS ਦੇ ਵਿੱਚ ਜਿਹੜੇ ਤੁਹਾਡੇ ਬੈਂਡ ਸਕੋਰ ਆ, ਉਹ ਜੇ 6 ਈਚ ਦੀ ਰਿਕੁਆਇਰਮੈਂਟ ਰੱਖੀਗੀ ਤਾਂ 6 ਈਚ ਹੀ ਰੱਖਣੀ ਪਊਗੀ, ਅਤੇ ਲੈਣੀ ਵੀ ਪਊਗੀ। ਇਹ ਨਹੀਂ ਹੋਊਗਾ ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜਾ ਕੇ ਸਕਸੈਸ ਰੇਸ਼ੋਜ਼ 'ਤੇ ਵੀ ਇੰਪੈਕਟ ਪਊਗਾ, ਜਿਹੜੇ ਬੈਂਡ ਸਕੋਰ ਘੱਟ ਵਾਲੇ ਜਾਂ ਪਰਸੈਂਟੇਜ ਅਕੈਡਮਿਕ ਐਜੂਕੇਸ਼ਨ ਦੇ ਵਿੱਚ ਇਹਨਾਂ ਦੀ ਪਰਸੈਂਟੇਜ ਘੱਟ ਹੋਊਗੀ, ਉਹਨਾਂ ਦੇ ਸਕਸੈਸ ਰੇਸ਼ੋ 'ਤੇ ਵੀ ਇੰਪੈਕਟ ਪਾ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਦੱਸ ਰਿਹਾ ਕਿ ਆਪਾਂ ਜਿਹੜੀ ਬਾਜ਼ਾਰ ਦੇ ਵਿੱਚ ਫਿਰ ਚੱਲ ਪੈਂਦੀਆਂ ਨੇ ਅਟਰੈਕਟਿਵ ਐਡਵਰਟੀਜ਼ਮੈਂਟਸ ਬੱਚਿਆਂ ਨੂੰ ਭਰਮਾਉਣ ਵਾਲੀਆਂ, ਅਤੇ ਬੱਚਿਆਂ ਨੂੰ ਇੱਕ ਜਿਹੜੇ ਟਰੈਕ ਤੋਂ ਪਾਸੇ ਕਰਨ ਵਾਲੀਆਂ ਐਡਵਰਟੀਜ਼ਮੈਂਟ, ਉਹਨਾਂ ਵੱਲ ਧਿਆਨ ਨਾ ਦਿਓ, ਤੁਸੀਂ ਸਿਰਫ ਅਤੇ ਸਿਰਫ ਧਿਆਨ ਆਪਦੀ ਪੜ੍ਹਾਈ ਵੱਲ ਅਤੇ ਮਿਹਨਤ ਵੱਲ ਦਿਓ, ਉਹਨੇ ਹੀ ਤੁਹਾਨੂੰ ਵੀਜ਼ਾ ਦਵਾਉਣਾ, ਉਹਨੇ ਹੀ ਤੁਹਾਨੂੰ ਕੈਨੇਡਾ ਪਹੁੰਚਦੇ ਕਰਨਾ ਆ। ਜੇ ਪ੍ਰਬਲ ਬਰਾੜ ਜੀ, ਉਹ ਮੀਨਿੰਗ ਆਫ ਓਪਨ ਵਰਕ ਪਰਮਿਟ ਪ੍ਰਬਲ ਜੀ, ਕੈਨੇਡੀਅਨ ਗੌਰਮੈਂਟ ਤੁਹਾਨੂੰ ਇੱਕ ਵਰਕ ਪਰਮਿਟ ਪ੍ਰੋਵਾਈਡ ਕਰਦੀ ਆ, ਜਿਹਦੇ ਵਿੱਚ ਤੁਹਾਨੂੰ ਕਿਸੇ ਵੀ ਜੋਬ ਲੈਟਰ, ਜੋਬ ਆਫਰ ਦੀ ਲੋੜ ਨਹੀਂ ਹੁੰਦੀ ਗੀ, ਉਹ ਤੁਹਾਨੂੰ ਓਪਨ ਵਰਕ ਵੀਜ਼ਾ, ਵਰਕ ਪਰਮਿਟ ਦਿੰਦੀ ਹੈ, ਜਿਹਦੇ ਵਿੱਚ ਤੁਸੀਂ ਕਿਤੇ ਵੀ ਜਾ ਕੇ ਜੋਬ ਕਰ ਸਕਦੇ ਹਾਂ। ਉਹ ਓਪਨ ਵਰਕ ਪਰਮਿਟ ਜਿੱਦਾਂ ਸਾਡੇ ਸਟੂਡੈਂਟ ਉੱਥੇ ਜਾ ਕੇ ਪੜ੍ਹਦੇ ਆ, ਜੇ ਤੁਸੀਂ 1 ਸਾਲ ਪੜ੍ਹਦੇ ਹਾਂ, 1 ਸਾਲ ਦਾ ਵਰਕ ਪਰਮਿਟ ਮਿਲਦਾ, 2 ਸਾਲ ਪੜ੍ਹਦੇ ਹੋ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ, ਉਹ ਓਪਨ ਵਰਕ ਪਰਮਿਟ ਹੀ ਹੁੰਦਾ, ਉਹਦੇ ਲਈ ਕਿਸੇ ਜੋਬ ਲੈਟਰ ਦੀ ਲੋੜ ਨਹੀਂ ਹੁੰਦੀ। ਉਹ ਸੇਮ ਹੀ
वर्क परमिट जिहड़े बच्चों के स्पाउस कैनेडा पढ़ रहे हैं उन्होंने इंडिया रेंदे लाइफ पार्टनर लिए कनेडियन गवर्नमेंट ने ऑप्शन रखी है भी जे तुसी 6 महीने हो गए तुहाडे स्पाउस नूं उधर पढ़दिआं नूं तां तुसीं इत्थे आके आपदे इंडिया रेंदे लाइफ पार्टनर नूं ओपन वर्क परमिट ते सद सकदे हो। उत्थे जाके किते भी ओपनली किसी भी कंपनी अंडर किस एज ए ट्रक ड्राइवर एज ए टैक्सी ड्राइवर कितने भी जॉब कर सकता, दैट इज़ कॉल्ड अ ओपन वर्क परमिट। जिहड़ियां रिक्वायरमेंट तुहानूं दस दिंगा जी, सब तो पहला तो उन्होंने तुहाडा स्पाउस उत्थे कैनेडा पढ़ते होना चाहिए जी ऑलरेडी 6 महीने तो तकरीबन एक सेमेस्टर चंगे कॉलेज ते चंगे कोर्स तहत उन्हें पूरा कर लिया होना चाहिए जी। रेहान कई जी मैं जिवें तुहानूं दस्सदा जे तां फाइल रेडी पई आ मेल ही, जे तां फाइल रेडी पई है ना फिर तो अपलाई कर दिओ। जे अज अपलाई कर दोगे एस पी पी अंडर ही पर अपलाई होगी, बट जिदन रूल्स का चेंजेस आउण का सिस्टम बन गया उस तो बाद नहीं अपलाई होगी, फिर थोनों अंडर जिहड़े एस डी एस के नवे रूल्स होणगे उहदे अंडर ही अपलाई करनी पेगी। मैं फिर कहना चाहुंदा कि रूल्स चेंज होए नहीं, इहदा मतलब ये नहीं होने नहीं। जिहड़ी डेट 1 फरवरी डेट सीगी उह किते भी ऑफिशियली अनाउंसमेंट नहीं सी, उह तां साडी क्यास राई सी सारे इमीग्रेशन कंसल्टेंट्स दी भी 1 फरवरी तो चेंज हो जाणगे, पर उह डिले होई आ जां डिले नहीं कह सकते भी उह चेंजेस अजे आउणगियां, कदों आउणगियां कनेडियन गवर्नमेंट नूं पता, सी आई सी नूं पता, पर आउणगियां जरूर। इस चीज़ नूं ध्यान रखियो बच्चो, आपदा पढ़ाई वल ध्यान दिओ, 6 ईच दा बैंड स्कोर लई पढ़ना शुरू कर दिओ, दब के मेहनत करनी शुरू कर दिओ, चंगे नंबर लैके पास होवो। इन्ना कहिंदा होया खिमत आ जा चुका जी। अंत दे विच फिर दुबारे दसना चाहुंदा कि कल सवेरे 10 बजे तो लैके शाम 4 बजे तक मोहाली ऑफिस 3B2 यस बैंक के उपर कटाणी स्वीट्स के बिल्कुल नाल मिलते हैं जी। सारे आ जाओ, तुम आपके अकैडमिक डॉक्यूमेंट्स लैके जिन्हें जिन्होंने आपके केस की असैसमेंट करवानी है, विजिटर वीजा अपलाई करना, ओपन वर्क परमिट अपलाई करना, या किसी भी कंट्री का स्टूडेंट वीजा अपलाई करना। इन्हें कहता हुआ खिमा का जा चुका जी, धन्यवाद।